ਸਿਰ ਦੇ ਵਿੱਚ ਤਿੱਖਾ ਹਥਿਆਰ ਸੀਗਾ ਜੀ ਉਹਦੇ ਹਾਂਜੀ ਤੁਸੀਂ ਵੇਖ ਸਕਦੇ ਹੋ ਇਹ ਇਹਨਾਂ ਤੇ ਹੋਏ ਅਟੈਕ ਦੀਆਂ ਤਸਵੀਰਾਂ ਨੇ ਵੀ ਇੱਕ ਨੂੰ ਹੋਇਆ ਜੀ ਇਹ ਮਾਮਲਾ ਦਰਜ ਮੈਂ ਜੋਬ ਤੋਂ ਆਇਆ ਸੀਗਾ ਜੀ ਮੈਂ ਅੰਦਰ ਵੜਿਆ ਹੀ ਆ ਇਹਨਾਂ ਨੇ ਬੈੱਲ ਮਾਰੀ ਮੈਂ ਬਾਹਰ ਆਇਆ ਇਹਦੇ ਦੋਸਤ ਸੀਗੇ ਇਹਦੇ ਪਾਪਾ ਸੀਗੇ ਅਤੇ ਪਿੱਛੋਂ ਇੱਕ ਉਹਦੇ ਫਰੈਂਡ ਨੇ ਲਲਕਾਰਾ ਮਾਰਿਆ ਜੀ ਨਹੀਂ ਜੀ ਉਸ ਦਿਨ ਕੋਈ ਪੁਲਿਸ ਨਹੀਂ ਆਈ ਅਗਲੇ ਦਿਨ ਆਈ ਸੀ ਜੀ ਪੁਲਿਸ ਬਿਆਨ ਲਿਖ ਕੇ ਲੈ ਗਈ ਜੀ ਪੂਰਾ ਮਾਮਲਾ ਦਰਜ ਕਰਤਾ 452 306 523 ਲੱਗੀ ਹੋਈ ਪੂਰੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਸਾਡੀ ਪੁਲਿਸ ਸਾਡੇ ਕੋਲ ਇੱਕ ਵਾਰੀ ਵੀ ਨਹੀਂ ਆਈ ਇੱਕ ਵਾਰੀ ਮਹੱਲੇ ਦੇ ਬਿਆਨ ਲੈ ਗਈ ਉਸ ਤੋਂ ਬਾਅਦ ਪੁਲਿਸ ਸਾਡੇ ਮਹੱਲੇ ਕੋਈ ਨਹੀਂ ਆਈ ਧਮਕੀਆਂ ਮਿਲਦੀਆਂ ਵੀ ਆਪਣਾ ਵਾਪਸ ਲੈ ਲਓ ਕੇਸ ਕਹਿੰਦੇ ਨਹੀਂ ਤਾਂ ਫਿਰ ਉਹੀ ਹਾਲ ਕਰਦੇ ਮੈਂ ਤੇਰਾ ਤੁਸੀਂ ਵੇਖਿਆ ਕਿ ਕਿਵੇਂ ਮਮਤਾ ਜੀ ਬਿਲਕੁਲ ਭਾਵੁਕ ਹੋ ਗਏ ਜਿਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਇੱਕ ਪਰਿਵਾਰ ਤੋਂ ਖਤਰਾ ਤਾਂ ਹੈ ਹੀ ਹੈ ਅਟੈਕਸ ਤੋਂ ਖਤਰਾ ਤਾਂ ਹੈ ਹੀ ਹੈ ਸਭ ਤੋਂ ਜ਼ਿਆਦਾ ਖਤਰਾ ਉਹਨਾਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਤੋਂ ਮਹਿਸੂਸ ਹੋ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਕਰ ਰਹੀ ਕਿਸੇ ਕਿਸਮ ਦੀ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮਮਤਾ ਜੀ ਦੇ ਬੇਟੇ ਪ੍ਰਿੰਸ ਜੀ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਉਸ ਅਟੈਕ ਨੂੰ ਆਪਣੇ 'ਤੇ ਸਿਆ ਐਂਡ ਉਹ ਅਟੈਕ ਜਿਹੜਾ ਇਹਨਾਂ 'ਤੇ ਹੋਇਆ ਆ ਅਸੀਂ ਉਹਨਾਂ ਦੇ ਕੋਲੋਂ ਪੁੱਛਾਂਗੇ ਹਾਂਜੀ ਪ੍ਰਿੰਸ ਜੀ ਫਸਟ ਟਾਈਮ ਜਿਹੜਾ ਤੁਹਾਡੇ 'ਤੇ ਅਟੈਕ ਹੋਇਆ ਸੀ ਕਿਤੇ ਉਹਨਾਂ ਨੇ ਤੁਹਾਨੂੰ ਮਤਲਬ ਕਿ ਸਿਰ ਦੇ ਵਿੱਚ ਮਾਰਿਆ ਕੁਝ ਹਾਂਜੀ ਸਿਰ ਦੇ ਵਿੱਚ ਤਿੱਖਾ ਹਥਿਆਰ ਸੀਗਾ ਜੀ ਉਹਦੇ ਹਾਂਜੀ ਤੇ 21 ਨੂੰ ਹੋਇਆ ਜੀ ਇਹ ਮਾਮਲਾ ਦਰਜ ਮੈਂ ਜੋਬ ਤੋਂ ਆਇਆ ਸੀਗਾ ਜੀ ਮੈਂ ਅੰਦਰ ਵੜਿਆ ਹੀ ਆ ਇਹਨਾਂ ਨੇ ਬੈੱਲ ਮਾਰੀ ਮੈਂ ਬਾਹਰ ਆਇਆ ਇਹਦੇ ਦੋਸਤ ਸੀਗੇ ਇਹਦੇ ਪਾਪਾ ਸੀਗੇ ਅਤੇ ਪਿੱਛੋਂ ਇੱਕ ਉਹਦੇ ਫਰੈਂਡ ਨੇ ਲਲਕਾਰਾ ਮਾਰਿਆ ਜੀ ਕਹਿੰਦੇ ਅੱਜ ਨੂੰ ਇਮੀਡੀਏਟਲੀ ਹਸਪੀਟਲ ਗਏ ਅਤੇ ਤੁਹਾਡੇ ਤੇਜ਼ ਹਥਿਆਰ ਜਿਹੜਾ ਲੱਗਿਆ ਹੋਇਆ ਸੀਗਾ ਅਤੇ ਉੱਥੇ ਪੁਲਿਸ ਦਾ ਇੱਕ ਪੁਲਿਸ ਕੇਸ ਬਣ ਜਾਂਦਾ ਆ ਕੀ ਉਦੋਂ ਆਣ ਕੇ ਪੁਲਿਸ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਜੀ ਉਸ ਦਿਨ ਕੋਈ ਪੁਲਿਸ ਨਹੀਂ ਆਈ ਅਗਲੇ ਦਿਨ ਆਈ ਸੀ ਜੀ ਪੁਲਿਸ ਬਿਆਨ ਲਿਖ ਕੇ ਲੈ ਗਈ ਜੀ ਪੂਰਾ ਮਾਮਲਾ ਦਰਜ ਕਰਤਾ 452 306 523 ਲੱਗੀ ਹੋਈ ਪੂਰੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਸਾਡੀ ਕਰ ਜੀ ਇੰਨੇ ਸਾਰੇ ਅਟੈਕਸ ਤੁਸੀਂ ਦੱਸ ਰਹੇ ਹੋ ਕਿ ਹੋਏ ਆ ਉਹਨਾਂ ਦੀ ਇੱਕ ਕੋਈ ਨਾ ਕੋਈ ਵਜ੍ਹਾ ਕੋਈ ਨਾ ਕੋਈ ਕਾਰਨ ਹੋ ਕਿ ਕਿਸੇ ਰੰਜਿਸ਼ ਦੇ ਚੱਲਦੇ ਸਭ ਹੋ ਰਿਹਾ ਹਾਂਜੀ ਉਹਨਾਂ ਲੀਡਰਾਂ ਦੇ ਪਿੱਛੇ ਪੂਰੀ ਸਪੋਰਟ ਆ ਜੀ ਮੇਰੀ ਪੂਰੀ ਸਾਰੇ ਹੁਣ ਸਪੋਰਟ ਕਰਦੇ ਪਏ ਆ ਕਹਿਣ ਦਾ ਮਤਲਬ ਕਿ ਜਿਹੜੀ ਪੁਲਿਸ ਤੁਹਾਡਾ ਸਾਥ ਨਹੀਂ ਦੇ ਰਹੀ ਕਿਸੇ ਪ੍ਰੈਸ਼ਰ ਦੀ ਵਜ੍ਹਾ ਨਾਲ ਹਾਂਜੀ ਪੂਰਾ ਪ੍ਰੈਸ਼ਰ ਆ ਜੀ ਲੀਡਰ ਲੂਡਰ ਪੂਰਾ ਇਹਨਾਂ ਸਪੋਰਟ ਕਰਦੇ ਪਏ ਆ ਪੁਲਿਸ ਅੱਖਾਂ ਮੀਚ ਕੇ ਬੈਠੀ ਆ ਜੀ ਤਾਂ ਕਰਕੇ ਸਾਡੀ ਕੋਈ ਕਾਰਵਾਈ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਕਿੰਨੀ ਵਾਰ ਤੁਹਾਡੇ ਕੋਲ ਆਈ ਪੁਲਿਸ ਸਾਡੇ ਕੋਲ ਇੱਕ ਵਾਰੀ ਵੀ ਨਹੀਂ ਆਈ ਇੱਕ ਵਾਰੀ ਮਹੱਲੇ ਦੇ ਬਿਆਨ ਲੈ ਗਈ ਉਸ ਤੋਂ ਬਾਅਦ ਪੁਲਿਸ ਸਾਡੇ ਮਹੱਲੇ ਕੋਈ ਨਹੀਂ ਆਈ ਅਤੇ ਜਿਨ੍ਹਾਂ ਦੇ ਖਿਲਾਫ਼ ਤੁਸੀਂ ਮਾਮਲਾ ਦਰਜ ਕਰਵਾਉਂਦੇ ਹੋ ਉਹਨਾਂ ਨੂੰ ਉਹਨਾਂ ਦੇ ਕੋਲ ਪੁੱਛਗਿੱਛ ਕਰਨ ਵਾਸਤੇ ਜਾਂ ਉਹਨਾਂ ਨੂੰ ਲੈ ਕੇ ਜਾਣ ਵਾਸਤੇ ਕੋਈ ਵਾਰੰਟ ਉਹਨਾਂ ਲਈ ਜਾਰੀ ਕੀਤਾ ਹੋਵੇ ਕੁਛ ਨਹੀਂ ਕੀਤਾ ਜੀ ਪੁਲਿਸ ਨੇ ਪੁਲਿਸ ਅੱਖਾਂ ਮੀਚ ਕੇ ਬੈਠੀ ਹੋਈ ਆ ਪੂਰੀ ਜੀ ਉਸ ਤੋਂ ਬਾਅਦ ਵਿੱਚ ਵੀ ਤੁਹਾਡੇ 'ਤੇ ਕੋਈ ਅਟੈਕ ਹੋਇਆ ਧਮਕੀਆਂ ਮਿਲਦੀਆਂ ਵੀ ਆਪਣਾ ਵਾਪਸ ਲੈ ਲਓ ਕੇਸ ਕਹਿੰਦੇ ਨਹੀਂ ਤਾਂ ਫਿਰ ਉਹੀ ਹਾਲ ਕਰਦੇ ਮੈਂ ਤੇਰਾ ਮੇਰੇ ਖਿਆਲ ਨਾਲ ਤੁਹਾਡੇ ਕੋਲ ਕੁਝ ਫੋਟੋਗ੍ਰਾਫਸ ਜਿਹੜੇ ਹਾਂਜੀ ਹਾਂਜੀ ਮੈਂ ਤੁਸੀਂ ਆ ਮੈਡਮ ਪੂਰੀ ਆ ਫੋਟੋ ਦੋਸਤੋ ਤੁਸੀਂ ਵੇਖ ਸਕਦੇ ਹੋ ਇਹ ਇਹਨਾਂ 'ਤੇ ਹੋਏ ਅਟੈਕ ਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਸਾਫ਼ ਸਾਫ਼ ਨਜ਼ਰ ਆਉਂਦਾ ਹੈ ਕਿ ਇਹਨਾਂ 'ਤੇ ਹਮਲਾ ਜਿਹੜਾ ਇੱਕ ਜਾਨਲੇਵਾ ਹਮਲਾ ਹੈ ਕੀਤਾ ਗਿਆ ਸੀ ਇਹ ਮੈਡਮ ਮੁੰਡਾ ਸ਼ਰਿਆਮ ਘੁੰਮਦਾ ਕਰੇ ਇਹ ਇਹਨਾਂ ਦੀ ਸਿਸਟਰ ਮਮਤਾ ਜੀ ਦੀ ਬੇਟੀ ਉਹਨਾਂ 'ਤੇ ਵੀ ਜਾਨਲੇਵਾ ਹਮਲਾ ਜਿਹੜਾ ਉਹ ਹੋ ਚੁੱਕਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਹੱਥ 'ਤੇ ਹੱਥ ਧਰ ਕੇ ਬੈਠਾ ਆ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਅਤੇ ਕੋਈ ਰਾਹਤ ਜਿਹੜੀ ਆ ਉਹ ਨਹੀਂ ਇਹਨਾਂ ਦੇ ਫਾਦਰ ਸਾਹਿਬ ਆ ਇਹਨਾਂ ਦੇ ਪੂਰੇ ਪਰਿਵਾਰ ਨੂੰ ਧਮਕੀਆਂ ਹੀ ਨਹੀਂ ਬਲਕਿ ਹਮਲੇ ਵੀ ਜਿਹੜੇ ਆ ਮੁੰਡਾ ਸ਼ਰਿਆਮ ਕਰੇ ਜਾਂਦਾ
ये वो दोषी ने जी जिन्हां दे खिलाफ इन्हां ने वो मामला दर्ज करवाया है, जिन्हां नूं कानून दा बिल्कुल भी डर नहीं है। प्रिंस जी, तुसीं इस चैनल के जरिए प्रशासन के कोलों कि मंग करना चाहते हो, कि अपनी सिफारिश या मंग रखना चाहते हो कि इस पूरे मामले तो इस जानलेवा मुश्किल समस्या तो थानू जी राहत मिल सके, वो की कहना चाहोगे? बस यही कहना चाहते हैं इन्होंने उत्ते सख्त तो सख्त कार्रवाई की जाए। मेरे घर दिन पूरा खतरा है, पूरी कार्रवाई की जाए, इन्होंने सख्त कार्रवाई की जाए इन्होंने खिलाफ। दसो तुसी वेख्या कि किवें प्रिंस जी ने अपनी हड बीती जड़ी आ ओ बिल्कुल कैमरे दे अग्गे आके व्यूअर्स दे अग्गे आके दसी आ कि पुलिस प्रशासन किन्ना उन्हां दे नाल धक्का कर रहा है। इस पूरे मामले दी आखिर नतीजा की निकलता है, पुलिस प्रशासन कार्रवाई करता है या नहीं करता है, या पुलिस तो इलावा सरकार किसी तरह का कोई एहो जिहा इन्हां लई पहलकदमी करती है या नहीं करती? प्रशासन तो बाद थानू हॉट न्यूज़ इंडिया जिहड़ा आ उस समय सिर इन्हां चीज़ां नू लैके अपडेट करता रहेगा। हुण मैनू सुमनदीप कौर नू दिओ इजाजत जी, धन्यवाद।